कल ये ट्रक छिंटा वाले तो भरया सी ते भवानीगढ़ आई टी रोड दे उपर इस ट्रक नूं साडे रोकिया एक दो बार चढ़ा ट्रक उपर चढ़ाने की भी कोशिश की ते इस ट्रक नूं रोक के कहिंदा पुलिस नूं इनफॉर्म किया तो चले उत्थे पुल के थले भवानीगढ़ रोड से ट्रक रोकया उहदे विचों 21 बलद मिले सानूं असी उत्थे पहुँच के वो जी कार्रवाई है मुकदमा नंबर 54 दर्ज रजिस्टर किया ਇਸਨੂੰ ਵਜੀਦਪੁਰ ਗਊਸ਼ਾਲਾ ਦੇ ਵਿੱਚ ਲਿਜਾ ਕੇ ਜੋ ਚੈੱਕ ਕੀਤਾ ਤਾਂ ਇਸ ਦੇ ਵਿੱਚੋਂ 21 ਗਊਵੰਸ਼ 21 ਬੈਲ ਪ੍ਰਾਪਤ ਹੋਏ ਨੇ ਲੱਗਿਆ ਹੋਇਆ ਉਹ ਪੈਸਾ ਗਊ ਮਾਤਾ ਦੀ ਸੰਭਾਲ ਦੇ ਉੱਪਰ ਖਰਚਿਆ ਜਾਵੇ ਪਿਛਲੇ ਸਾਲ ਬਜਟ ਦੇ ਵਿੱਚ 80 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਰੱਖਿਆ ਸੀ ਜਿਸ 'ਚੋਂ 3 ਕਰੋੜ 16 ਲੱਖ ਰੁਪਇਆ ਰਿਲੀਜ਼ ਕੀਤਾ ਗਿਆ 77 ਕਰੋੜ ਰੁਪਇਆ ਰਿਲੀਜ਼ ਹੀ ਨਹੀਂ ਕੀਤਾ ਗਊ ਰਕਸ਼ਾ ਦਲ ਵੱਲੋਂ ਬੜੀ ਦੇਰ ਤੋਂ ਸਤੀਸ਼ ਕੁਮਾਰ ਦੀ ਅਗਵਾਈ ਦੇ ਵਿੱਚ ਗਊ ਤਸਕਰਾਂ ਦੇ ਖਿਲਾਫ ਇੱਕ ਅਭਿਆਨ ਚੱਲ ਰਿਹਾ ਜਿਹਦੇ ਤਹਿਤ ਹਰ ਮਹੀਨੇ 5-10 ਟਰੱਕ ਪੰਜਾਬ ਤੋਂ ਫੜੇ ਜਾਂਦੇ ਨੇ ਅਤੇ ਬਹੁਤ ਸਾਰੇ ਜਿਹੜੇ ਹੈ ਉਹ ਨਿਕਲ ਵੀ ਜਾਂਦੇ ਨੇ ਕੱਲ੍ਹ ਇਹ ਟਰੱਕ ਛਿੰਟਾ ਵਾਲੇ ਤੋਂ ਭਰਿਆ ਸੀ ਅਤੇ ਭਵਾਨੀਗੜ੍ਹ ਆਈ ਟੀ ਰੋਡ ਦੇ ਉੱਪਰ ਇਸ ਟਰੱਕ ਨੂੰ ਸਾਡੇ ਵਰਕਰ ਨਾਭੇ ਤੋਂ ਕਿਸ਼ਨ ਪਵਾਰ ਪਟਿਆਲੇ ਤੋਂ ਵਿਕਾਸ ਕੰਬੋਜ ਸਾਡੇ ਸ਼ਹਿਰੀ ਪ੍ਰਧਾਨ ਰਾਮ ਕੌਰ ਕੋਹਲੀ ਇਹਨਾਂ ਦੇ ਸਾਥੀਆਂ ਨੇ ਕਹਿੰਦਾ ਇਸਨੂੰ ਬੜੀ ਮੁਸ਼ਕਲ ਦੇ ਨਾਲ ਰੋਕਿਆ ਇੱਕ ਦੋ ਵਾਰ ਚੜ੍ਹਾ ਟਰੱਕ ਉੱਪਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਇਸ ਟਰੱਕ ਨੂੰ ਰੋਕ ਕੇ ਕਹਿੰਦਾ ਪੁਲਿਸ ਨੂੰ ਇਨਫੋਰਮ ਕੀਤਾ ਅਤੇ ਇਸ ਨੂੰ ਵਜੀਦਪੁਰ ਗਊਸ਼ਾਲਾ ਦੇ ਵਿੱਚ ਲਿਜਾ ਕੇ ਜੋ ਚੈੱਕ ਕੀਤਾ ਤਾਂ ਇਸ ਦੇ ਵਿੱਚੋਂ 21 ਗਊਵੰਸ਼ 21 ਬੈਲ ਪ੍ਰਾਪਤ ਹੋਏ ਨੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਗਊ ਤਸਕਰੀ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਇਸ 'ਤੇ ਤੁਰੰਤ ਪਾਬੰਦੀ ਲਾਈ ਜਾਵੇ ਕਿਉਂਕਿ ਕਲਕੱਤਾ ਜਾਣੇ ਸੀਗੇ ਸਿੱਧੇ ਇੱਥੋਂ ਅਤੇ ਦੂਜਾ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਕਿ ਜਿਹੜਾ ਕੌਸਸ ਦਾ ਪੈਸਾ ਕਹਿੰਦਾ ਅਲੱਗ ਅਲੱਗ ਮਹਿਕਮਿਆਂ ਦੇ ਕੋਲ ਪਿਆ 16 ਇੰਚਾਂ ਦੇ ਕੌਸਸ ਲੱਗਿਆ ਹੋਇਆ ਉਹ ਪੈਸਾ ਗਊ ਮਾਤਾ ਦੀ ਸੰਭਾਲ ਦੇ ਉੱਪਰ ਖਰਚਿਆ ਜਾਵੇ ਪਿਛਲੇ ਸਾਲ ਬਜਟ ਦੇ ਵਿੱਚ 80 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਰੱਖਿਆ ਸੀ ਜਿਸ 'ਚੋਂ 3 ਕਰੋੜ 16 ਲੱਖ ਰੁਪਇਆ ਰਿਲੀਜ਼ ਕੀਤਾ ਗਿਆ 77 ਕਰੋੜ ਰੁਪਇਆ ਰਿਲੀਜ਼ ਹੀ ਨਹੀਂ ਕੀਤਾ ਗਿਆ ਉਹ ਲੈਪ ਹੋ ਗਿਆ ਉਹ ਲੈਪ ਕਿਉਂ ਹੋਇਆ ਅਗਰ ਕਹਿੰਦਾ 70 ਕਰੋੜ ਰੁਪਇਆ ਰਿਲੀਜ਼ ਕਰ ਦਿੱਤਾ ਜਾਂਦਾ ਤਾਂ ਜਿਹੜੇ ਸੜਕ ਦੇ ਉੱਪਰ ਗਊਵੰਸ਼ ਘੁੰਮ ਰਿਹਾ ਇਹ ਸੜਕ ਦੇ ਉੱਪਰ ਗਊਵੰਸ਼ ਨਾ ਹੁੰਦਾ ਕਹਿੰਦਾ ਇਹ ਗਊਸ਼ਾਲਾ ਦੇ ਵਿੱਚ ਪਹੁੰਚਿਆ ਪਿਆ ਹੁੰਦਾ ਔਰ ਦੂਜਾ ਕਹਿੰਦਾ ਜਿਹੜੇ ਆਈਟਮਾਂ ਦੇ ਉੱਪਰ ਕੌਸਸ ਲੱਗਿਆ ਉਹ ਪੈਸਾ ਉਹਨਾਂ ਸੰਬੰਧਿਤ ਮਹਿਕਮਿਆਂ ਤੋਂ ਸਰਕਾਰ ਨੂੰ ਲੈ ਕੇ ਗਊ ਦੀ ਸਾਂਭ ਸੰਭਾਲ ਦੇ ਉੱਪਰ ਖਰਚਣਾ ਚਾਹੀਦਾ ਅੱਜ ਅਸੀਂ ਇੱਥੇ ਥਾਣਾ ਸਿਟੀ ਨਾਭਾ ਦੇ ਵਿੱਚ ਪਰਚਾ ਇਹਨਾਂ ਦੇ ਖਿਲਾਫ਼ ਪੁੱਛਣਾ ਦੇ ਖਿਲਾਫ਼ ਦਰਜ ਕਰਵਾਇਆ ਇਹ ਕੋਈ ਬੰਦਾ ਫੜਿਆ ਗਿਆ ਮੌਕੇ 'ਤੇ ਨਹੀਂ ਮੌਕੇ 'ਤੇ ਕੋਈ ਬੰਦਾ ਨਹੀਂ ਫੜਿਆ ਗਿਆ ਜਿਹੜੇ ਬੰਦੇ 3-4 ਬੰਦੇ ਸੀਗੇ ਭੱਜੇ ਸਰਕਾਰ ਵੱਲੋਂ ਹੁਣ ਨਵਾਂ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਪ੍ਰਾਈਵੇਟ ਜਿਹੜਾ ਹੈਗਾ ਵੀ ਤੁਸੀਂ ਕਰ ਸਕਦੇ ਹੋ ਕਿਆ ਪ੍ਰਾਈਵੇਟ ਇਹਨਾਂ ਨੇ ਸਰਕਾਰ ਨੇ ਕੱਲ੍ਹ ਅਨਾਊਂਸ ਕੀਤਾ ਵੀ ਪ੍ਰਾਈਵੇਟ ਤੁਸੀਂ ਜਿਹੜਾ ਹੈਗਾ ਰੱਖ ਸਕਦੇ ਹੋ ਸੰਸਥਾ ਵੀ ਜਿਹੜਾ ਹੈਗਾ ਖਰਚੇ ਦਾ ਜਿਹੜਾ ਹੈਗਾ ਅਸੀਂ ਇਹ ਮੈਂ ਦੱਸ ਰਿਹਾ ਚੋਣ ਮੈਨੀਫੈਸਟੋ ਦੇ ਵਿੱਚ ਵੀ ਸੀਗਾ ਕਾਂਗਰਸ ਦੇ ਕਿ 30 ਰੁਪਏ ਪਰ ਡੇ ਪਰ ਗਊ ਦੇ ਹਿਸਾਬ ਦੇ ਨਾਲ ਜਿੰਨੀਆਂ ਵੀ ਪੰਜਾਬ ਦੇ 472 ਗਊਸ਼ਾਲਾ ਨੇ ਵੀ ਸਭ ਨੂੰ ਦਿੱਤੇ ਜਾਣਗੇ ਪਰ ਕਿਸੇ ਨੂੰ 1 ਰੁਪਇਆ ਵੀ ਨਹੀਂ ਮਿਲਿਆ ਉਹ ਤਾਂ ਖਰਚਾ ਤਾਂ ਕੀ ਦੇਣਾ ਕੰਸਟਰਕਸ਼ਨ ਲਈ ਵੀ ਕੋਈ ਪੈਸਾ ਨਹੀਂ ਮਿਲਿਆ ਹੈਗਾ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਗਊ ਮਾਤਾ ਦੀ ਤਰਫ ਧਿਆਨ ਦੇਵੇ ਕਿਉਂਕਿ ਸੜਕ 'ਤੇ ਜਿਹੜਾ ਗਊ ਵੰਸ਼ ਹੈ ਇਹਦੇ ਕਾਰਨ ਲੋਕਾਂ ਦੀ ਵੀ ਜਾਨ ਜਾਂਦੀ ਹੈ ਅਤੇ ਗਊ ਮਾਤਾ ਦੀ ਵੀ ਜਾਨ ਜਾਂਦੀ ਹੈ ਇਹ ਪੈਸਾ ਕੌਸਸ ਦਾ ਪੈਸਾ ਕਹੋ ਗਊ ਦੀ ਸੰਭਾਲ ਦੇ ਉੱਪਰ ਹੀ ਖਰਚਿਆ ਜਾਵੇ ਦੇ ਨਾਲ ਐਕਸੀਡੈਂਟ ਹੋ ਰਹੇ ਨੇ ਹਰ ਰੋਜ਼ ਅਨੇਕਾਂ ਕੀਮਤੀ ਜਾਨਾਂ ਵੀ ਜਾ ਰਹੀਆਂ ਨੇ ਇਹ ਬੜਾ ਦੁੱਖ ਦੀ ਗੱਲ ਹੈ ਸਰਕਾਰ ਕੋਲ ਸਾਡਾ ਕਾਓਸਿਸ ਦਾ 140 ਕਰੋੜ ਦੇ ਕਰੀਬ ਜਿਹੜਾ ਪੈਸਾ ਉਹ ਪਿਆ ਸਰਕਾਰ ਰਿਲੀਜ਼ ਨਹੀਂ ਕਰ ਰਹੀ ਜੇਕਰ ਸਰਕਾਰ ਇਹ ਪੈਸਾ ਗਊਆਂ ਵਾਸਤੇ ਰਿਲੀਜ਼ ਕਰਦੀ ਹੈ ਤਾਂ ਇੱਕ ਵੀ ਜਿਹੜਾ ਗਊ ਧਨ ਹੈ ਸੜਕ 'ਤੇ ਨਹੀਂ ਰਹੂਗਾ ਉਹ ਜਾਂ ਤਾਂ ਗਊਸ਼ਾਲਾ 'ਚ ਰਹੂਗਾ ਜਾਂ ਵੇਚ 'ਚ ਕਿਤੇ ਵੀ ਇਹਦਾ ਪ੍ਰਬੰਧ ਹੋ ਸਕਦਾ ਪਰ ਸਰਕਾਰ ਨੂੰ ਚਾਹੀਦਾ
जाते समय कोई चंगा काम कर जाए। पहला तो लोगों वादे किए से इन्होंने भी गऊं वास्ते करेंगे, पर इन्होंने कोई भी अज तक 4-5 साल हो गए सरकार चलाने, इन्हों एक भी पैसा किसी भी गौशाला पंजाब नहीं दिता गया। गौशाला के हालात बहुत ज़्यादा खराब है, तो इस करके मेरी तो रिक्वेस्ट है सरकार को भी जाते जाते यह पुन का काम जरूर करके जाए। सर अपने कृष्ण कुमार जी ने जी शिव सेना के प्रधान ने, उन्होंने सानू सलाह दी भी असं बाड़ा गेट तो चले उत्थे पुल के थले भानीगढ़ रोड से ट्रक रोके, वो एक ही बलद मिले सानू, असं उत्थे पहुँच के वो जी कार्रवाई है मुकदमा नंबर 54 दर्ज रजिस्टर किया गया, अगली कार्रवाई कर रहे हैं। ये दो बंदे दसते हैं सर, दोषी फरार ने, पहले फरार ने, गिरफ्तारी वास्ते छापे कर रहे हैं। 279, 295 11 कम्युनिटी एक्ट एनिमल एक्ट है, ये दर्ज किया गया, दोषी फड़े जाएंगे, दोषी फड़े जाएंगे। बिल्कुल सच, ज्योतिष एक विद्या एक साइंस। एस्ट्रोलॉजर बाबा धर्मिंदर जी जी दा सारी दुनिया नू खुला चैलेंज कि तुसी जिंदगी दे किसी भी समस्या तो परेशान हो, कि तुहाडे व्याह विच हो रही है देरी, कि तुसी संतान सुख तो वांझे हो, कि तुहानू तुहाडा मनचाहा प्यार नहीं मिल रहा, कि तुसी लाउणा चाहुंदे हो लॉटरी दा सही नंबर, कि तुहानू नौकरी नहीं मिल रही, कि तुहाडा वीजा नहीं लग रहा, कि तुसी विदेश च पक्का होना चाहुंदे हो, धन दी कमी, बीमारी तो परेशानी, घर बैठे बिठाए ही किया जाएगा तुहाडी समस्या दा समाधान फीस कम होने तो बाद। इन्हां सारियां समस्यावां दे पक्के हल्ले एक बार जरूर मिलो एस्ट्रोलॉजर बाबा धर्मिंदर जी जी नूं, जो करदे ने मुफ्त सेवा मुफ्त समाधान।